ਇਹ ਤਜਰਬਾ ਅਲਮੀਨੀਅਮ ਉੱਪਰ ਸ਼ਕਤੀਸ਼ਾਲੀ ਚੁੰਬਕ ਦੇ ਅਸਰ ਨੂੰ ਦਰਸਾਉਂਦਾ ਹੈ। ਇੱਕ 18 ਇੰਚ ਉੱਚਾ ਲੱਕੜ ਦਾ ਸਟੈਂਡ ਬਣਾ ਲਵੋ। ਉਸ ਦੇ ਉੱਪਰਲੇ ਹਿੱਸੇ ਤੇ ਧਾਗੇ ਨੂੰ ਬੰਨਣ ਲਈ ਇੱਕ ਕਿੱਲ ਲਗਾ ਦਿਓ। ਧਾਗੇ ਨਾਲ ਬੰਨੀ ਹੋਈ ਸਟੀਲ ਦੀ ਵਾਸ਼ਰ ਨਾਲ ਨਿਓਡਾਈਮੀਅਮ ਚੁੰਬਕ ਜੋੜ ਦਿਓ। ਚੁੰਬਕ ਨੂੰ ਐਲਮੀਨੀਅਮ ਪਲੇਟ ਦੇ ਕੋਲ ਲੈ ਕੇ ਆਵੋ। ਚੁੰਬਕ ਉਸ ਨਾਲ ਨਹੀਂ ਚਿਪਕੇਗਾ, ਉਹ ਗਿਰ ਜਾਵੇਗਾ। ਹੁਣ ਵਾਸ਼ਰ ਅਤੇ ਚੁੰਬਕ ਨੂੰ ਟੰਗ ਦਿਓ। ਚੁੰਬਕ ਨੂੰ ਇੱਕ ਪਾਸੇ ਲੈ ਜਾਵੋ ਤੇ ਛੱਡ ਦਵੋ। ਚੁੰਬਕ ਲੰਬੇ ਸਮੇਂ ਲਈ ਆਰਾਮ ਨਾਲ ਘੁੰਮਦੀ ਰਹੇਗੀ। ਹੁਣ ਚੁੰਬਕ ਦੇ ਹੇਠਾਂ ਐਲਮੀਨੀਅਮ ਦੀ ਪਲੇਟ ਰੱਖ ਲਵੋ। ਇੱਕ ਵਾਰ ਫਿਰ ਤੋਂ ਚੁੰਬਕ ਨੂੰ ਛੱਡੋ। ਇਸ ਵਾਰ ਚੁੰਬਕ ਇੱਕੋ ਦਮ ਰੁਕ ਜਾਵੇਗੀ। ਅਲਮੀਨੀਅਮ ਪਲੇਟ ਵਿੱਚ ਜੋ ਐਡੀ ਕਰੰਟ ਬਣਿਆ ਹੈ ਉਹ ਚੁੰਬਕ ਉੱਪਰ ਬ੍ਰੇਕ ਲਗਾ ਦੇਵੇਗਾ। ਅਸੀਂ ਦੇਖਾਂਗੇ ਕਿ ਚੁੰਬਕ ਆਰਾਮ ਨਾਲ ਘੁੰਮ ਰਿਹਾ ਹੈ। ਜਦੋਂ ਅਲਮੀਨੀਅਮ ਪਲੇਟ ਉਸਦੇ ਥੱਲੇ ਰੱਖੀ ਜਾਵੇਗੀ ਤਾਂ ਉਹ ਇੱਕੋ ਦਮ ਰੁਕ ਜਾਵੇਗੀ। ਜਦੋਂ ਉਸਦੇ ਉੱਪਰ ਦੂਜੀ ਅਲਮੀਨੀਅਮ ਪਲੇਟ ਰੱਖਾਂਗੇ ਤਾਂ ਉਸ ਵਿੱਚ ਹਵਾ ਦੀ ਥਾਂ ਘੱਟ ਜਾਵੇਗੀ ਤਾਂ ਚੁੰਬਕ ਐਡੀ ਕਰੰਟਸ ਦੇ ਕਾਰਨ ਇੱਕੋ ਦਮ ਰੁਕ ਜਾਵੇਗਾ।